ਟਮਾਟਰਾਂ ਦੇ ਨਾਲ ਭਰੀ ਇੱਕ ਗੱਡੀ ਵੱਡੇ ਹਾਦਸੇ ਦਾ ਸ਼ਿਕਾਰ ਹੋਈ ਹੈ। ਦੱਸ ਦਈਏ ਕਿ ਪੁਲੀ ਤੋਂ ਹੇਠਾਂ ਇਹ ਗੱਡੀ ਡਿੱਗ ਗਈ ਹੈ, ਜਿਸ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ। ਹਾਲਾਂਕਿ ਜੋ ਇਸ ਗੱਡੀ ਦੇ ਵਿੱਚ ਡਰਾਈਵਰ ਮੌਜੂਦ ਸੀ ਉਸ ਨੂੰ ਮਾਮੂਲੀ ਸੱਟਾਂ ਜ਼ਰੂਰ ਲੱਗੀਆਂ ਨੇ, ਜਾਨੀ ਨੁਕਸਾਨ ਤੋਂ ਹਾਲਾਂਕਿ ਬਚਾ ਰਿਹਾ ਹੈ। ਦੱਸ ਦਈਏ ਕਿ ਕੀਰਤਪੁਰ ਸਾਹਿਬ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਪੁਲੀ ਤੋਂ ਹੇਠਾਂ ਇਹ ਗੱਡੀ ਟਮਾਟਰਾਂ ਨਾਲ ਭਰੀ ਡਿੱਗ ਜਾਂਦੀ ਹੈ। ਇਹਨਾਂ ਦੇ ਟਮਾਟਰ ਸਾਰੇ ਗੱਡੀ ਦੇ ਵਿੱਚੋਂ ਹੇਠਾਂ ਖਿਲਰ ਜਾਂਦੇ ਨੇ। ਹਾਲਾਂਕਿ ਡਰਾਈਵਰ ਨੂੰ ਸੱਟਾਂ ਲੱਗੀਆਂ ਨੇ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਉਧਰ ਸਥਾਨਕ ਲੋਕਾਂ ਨੇ ਇਸ ਘਟਨਾਕ੍ਰਮ ਦੀ ਪੂਰੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਇਹ ਦੋਸ਼ ਲਾਏ ਨੇ ਕਿ ਇਹ ਗੱਡੀ ਦਾ ਚਾਲਕ ਗੱਡੀ ਨੂੰ ਕਾਫੀ ਤੇਜ਼ ਚਲਾ ਰਿਹਾ ਸੀ, ਜਦੋਂ ਇਹ ਮੋੜ ਤੋਂ ਕੱਟ ਲਗਾਉਣ ਲੱਗਿਆ ਤਾਂ ਇਸ ਦੀ ਗੱਡੀ ਬੇਕਾਬੂ ਹੋ ਗਈ ਅਤੇ ਪੁਲੀ ਤੋਂ ਹੇਠਾਂ ਡਿੱਗੀ ਹੈ। ਹਾਲਾਂਕਿ ਕਾਫੀ ਨੁਕਸਾਨ ਤਾਂ ਹੋਇਆ ਹੀ ਹੈ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਪਰ ਹੋ ਸਕਦਾ ਸੀ ਕਿ ਜੇਕਰ ਇਹਨਾਂ ਦੇ ਆਸ ਪਾਸ ਕਈ ਹੋਰ ਗੱਡੀਆਂ ਹੁੰਦੀਆਂ ਉਹਨਾਂ ਦਾ ਵੀ ਨੁਕਸਾਨ ਹੋ ਜਾਂਦਾ। ਹਾਲਾਂਕਿ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ ਪਰ ਟਮਾਟਰਾਂ ਨਾਲ ਭਰੀ ਇਹ ਗੱਡੀ ਪੁਲੀ ਤੋਂ ਹੇਠਾਂ ਡਿੱਗ ਜਾਂਦੀ ਹੈ, ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ। ਹਾਲਾਂਕਿ ਡਰਾਈਵਰ ਨੂੰ ਸੱਟਾਂ ਲੱਗੀਆਂ ਨੇ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਸ਼੍ਰੀ ਕੀਰਤਪੁਰ ਸਾਹਿਬ ਤੋਂ ਨਜ਼ਦੀਕ ਕੁਝ ਹੀ ਦੂਰੀ 'ਤੇ ਇਹ ਸਾਰਾ ਹਾਦਸਾ ਵਾਪਰਿਆ ਹੈ। ਟਮਾਟਰਾਂ ਨਾਲ ਭਰੀ ਗੱਡੀ ਜੋ ਪੁਲੀ ਤੋਂ ਹੇਠਾਂ ਡਿੱਗ ਜਾਂਦੀ ਹੈ ਅਤੇ ਜਿਸ ਕਾਰਨ ਇਹ ਵੱਡਾ ਹਾਦਸਾ ਵਾਪਰਦਾ ਹੈ। ਹਾਲਾਂਕਿ ਇਹ ਇਲਜ਼ਾਮ ਨੇ ਕਿ ਇਹ ਗੱਡੀ ਕਾਫੀ ਤੇਜ਼ ਰਫ਼ਤਾਰ 'ਚ ਸੀ, ਜਿਸ ਕਾਰਨ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ।